ਅਲੈਕੁਮ ਅਲਮ। ਅੱਜ ਜਿਹੜਾ ਆਪਾਂ ਟੌਪਿਕ ਡਿਸਕਸ ਕਰਾਂਗੇ ਉਹਦਾ ਨਾਮ ਹੈ ਕੋਲਕਲਾਮ ਮਨੀਮ ਨਿਆਜ਼ੀ ਇਹ CSS PMS ਦੋਨਾਂ 'ਚ ਸ਼ਾਮਲ ਹੈ CSS ਦੇ ਅੰਦਰ 2016, 17 ਤੇ 19 ਦੇ ਵਿੱਚ ਆ ਚੁੱਕਿਆ ਹੈ। ਇਹ ਇੱਕ ਇੰਤਹਾਹੀ ਇੰਪੋਰਟੈਂਟ ਟੌਪਿਕ ਆ ਲੈ ਆ ਰਾ ਤੁਸੀਂ ਇਹਨੂੰ ਛੱਡਣਾ ਨਹੀਂ ਤੇ ਇਹਨੂੰ ਤਿਆਰ ਕਰਨਾ ਵਾ ਕਿਉਂਕਿ ਇਹਦੇ 'ਚ ਤੁਸੀਂ ਚੁਆਇਸ 'ਚ ਨਹੀਂ ਜਾ ਸਕਨੇ। ਕੋਲਕਲਾਮ ਦੇ ਬਾਰੇ 'ਚ ਜਾਂ ਮਨੀਮ ਨਿਆਜ਼ੀ ਦੇ ਜਿਹੜਾ ਆਪਾਂ ਇੰਟਰੋਡਕਸ਼ਨ ਲਿਖਾਂਗੇ ਉਹਦੇ ਅੰਦਰ ਆਪਾਂ ਕੀ ਲਿਖਾਂਗੇ ਕਿ ਕਿਆਵੇਂ ਪਾਕਿਸਤਾਨ ਤੋਂ ਬਾਅਦ ਕਿਆਵੇਂ ਪਾਕਿਸਤਾਨ ਤੋਂ ਬਾਅਦ ਜਿਹੜੇ ਜਤੀਦ ਨਜ਼ਰ ਹੈਗੀ ਆ ਉਹਨਾਂ 'ਚ ਇਹਨਾਂ ਨੇ ਜਦੀ ਨਜ਼ਮ ਦੇ ਵਿੱਚ ਇਹ ਨਮਾਇਆ ਸ਼ਾਇਰਾ ਨਮਾਇਆ ਸ਼ਾਇਰਾ ਯਾਨੀ ਸਾਰੀ ਦੁਨੀਆ ਇਹਨਾਂ ਨੂੰ ਜਾਣਦੀ ਆ ਇਹਨਾਂ ਨੇ ਉਰਦੂ ਤੇ ਪੰਜਾਬੀ ਦੇ ਵਿੱਚ ਸ਼ਾਇਰੀ ਕੀਤੀ ਆ ਕੋਣ ਅੱਗੇ ਅਗਲੀ ਜਿਹੜੀ ਗੱਲ ਆ ਇਹਨਾਂ ਨੇ ਆਪਣੇ ਜਿਹੜੇ ਹਮ ਅਸਰ ਸ਼ਾਇਰ ਸੀ ਇਹਨਾਂ ਦੇ ਦੌਰ ਦੇ ਜਿਹੜੇ ਸ਼ਾਇਰ ਸੀ ਉਹਨਾਂ ਤੋਂ ਬਿਲਕੁਲ ਅਲੱਗ ਥਲੱਗ ਆ ਕਿ ਇਹਨਾਂ ਨੇ ਸ਼ਾਇਰੀ ਕੀਤੀ ਅਲੱਗ ਥਲੱਗ ਰਹਿ ਕੇ ਕੀਤਾ ਇਹਨਾਂ ਨੇ ਜਿਹੜਾ ਅਸਲੂਬ ਇਸਤੇਮਾਲ ਕੀਤਾ ਆਪਣੀ ਸ਼ਾਇਰੀ ਦੇ ਅੰਦਰ ਔਰ ਅਲਾਮਤੀ ਅਸਲੂਬ ਸੀ ਯਾਨੀ ਅਲਾਮਤਾਂ ਦੇ ਸਿੰਬਲਾਂ ਨੂੰ ਇਸਤੇਮਾਲ ਕਰਦੇ ਹੋਏ ਸ਼ਾਇਰੀ ਕੀਤੀ ਮੁਖਤਲਿਫ ਕਿਸਮ ਦੀ ਇਹਨਾਂ ਨੇ ਤਸ਼ਬੀਹਾਂ ਜਾਂ ਇਸਤਾਰੇ ਇਸਤੇਮਾਲ ਕੀਤੇ ਤਾਂ ਕਿ ਉਹਦੇ ਦਰਿਏ ਲੋਕਾਂ ਨੂੰ ਸਮਝਾ ਸਕਣ ਆਪਣਾ ਪਿਗਾਮ ਪਹੁੰਚਾ ਸਕਣ ਤੇ ਇਹਨਾਂ ਦੀ ਜਿਹੜੀ ਕਿਤਾਬ ਹੈਗੀ ਆ ਕੁੱਲ ਕਲਾਮ ਇਹ ਕਿਦੋਂ ਛਪੀ ਆ ਇਹ ਦੀ ਇਹਦੇ ਦੋਸ ਜਿਹੜੇ ਸਫੇ ਹੈਗੇ ਆ ਉਹ 206 ਆ ਤੇ ਇਹ 1992 ਦੇ ਅੰਦਰ ਪਹਿਲੇ ਹੀ ਛਪੀ ਸੀ 1992 ਦੇ ਅੰਦਰ ਛਪੀ ਸੀ ਤੇ ਇਹਦੇ ਅੰਦਰ ਜਿਹੜੇ ਮਜਮੂਏ ਸ਼ਾਮਿਲ ਆ ਉਹ ਮਜਮੂਏ ਹੈਗੇ ਦੀ 4 ਚਾਰ ਦੇ ਅੰਦਰ ਮਜਮੂਏ ਸ਼ਾਮਿਲ ਆ ਇੱਕ ਚਾਰ ਚੁਪ ਚੀਜ਼ਾਂ ਜਿਹੜਾ ਬੜਾ ਮਸ਼ਹੂਰ ਆ ਜਿਹਦੇ ਅੰਦਰ ਚਾਰ ਚੁਪ ਜਿਹੜੇ ਹੈਗੇ ਜੰਗਲ ਪਾਰ ਸਮੁੰਦਰ ਤੇ ਦਸਤ ਵਗੈਰਾ ਸ਼ਾਮਿਲ ਆ ਉਹਨਾਂ ਦਾ ਡਿਸਕਸ ਕਰਾਂਗੇ ਇਹਨਾਂ ਦੇ ਜਿਹੜੇ ਐਮਸੀਕਿਊ ਹਦਾ ਉਹ ਕਿਹੜੇ ਇੰਪੋਰਟੈਂਸ ਆ ਇਹਦੇ ਚਿੱਤੇ ਇੱਕ ਤੇ ਆ ਵਾ ਕਿ ਇਹਨਾਂ ਨੇ ਇਹਨਾਂ ਨੂੰ ਅਲਾਮਤੀ ਸ਼ਾਇਰ ਵੀ ਕਿਹਾ ਜਾਂਦਾ ਵਾ ਤੇ ਉਤਵਾਦ ਇਹਨਾਂ ਦੇ ਮجموعਿਆਂ ਦੇ ਅੰਦਰ ਆ ਜਿਹੜਾ ਕੁੱਲ ਖਲਾਮ ਦੇ ਅੰਦਰ ਚਾਰ ਜਿਹੜੇ ਹੈਗੇ ਆ ਚਾਰ ਕਿਸਮ ਦੇ ਮجموعੇ ਸ਼ਾਮਲਾ ਉਤਵਾਦ ਇਹ ਸ਼ਾਇਰ ਕਿਹੜੀ ਜ਼ਬਾਨ ਦੇ ਆ ਇਹ ਵੀ ਤੁਹਾਨੂੰ ਬਤਾਉਣਾ ਚਾਹੀਦਾ ਇੱਕ ਤੇ ਇਹਨਾਂ ਨੇ ਪੰਜਾਬੀ ਦੇ ਅੰਦਰ ਵੀ ਸ਼ਾਇਰੀ ਕੀਤੀ ਆ ਤੇ ਨਾਲ ਇਹਨਾਂ ਨੇ ਉਰਦੂ ਦੇ ਅੰਦਰ ਵੀ ਸ਼ਾਇਰੀ ਕੀਤੀ ਹੋਈ ਆ ਤੇ ਇਹਨਾਂ ਨੂੰ ਸ਼ਾਇਰ ਕਿਸ ਸੀ ਤਾਂ ਕਿਹਾ ਜਾਂਦਾ ਹੈ ਇਹਨਾਂ ਨੂੰ ਅਮਾਇਤ ਦਾ ਸ਼ਾਇਰ ਅਖਵਾਇਆ ਜਾਂਦਾ ਹੈ ਯਾਨੀ ਇਹਨਾਂ ਨੇ ਜਿਹੜਾ ਸਲੂਬ ਇਸਤਮਾਲ ਕੀਤਾ ਵਾ ਉਹ ਇਸ ਇਹੋ ਦੇ ਸਟਾਰ ਇਹਦੇ ਅੰਦਰ ਇਹ ਨਾਨੇ ਗੱਲਾਂ ਕੀਤੀਆਂ ਤੇ ਲੋਕਾਂ ਨੂੰ ਆਪਣਾ ਜਿਹੜਾ ਹੈਗਾ ਵਾ ਪੇਗਾਮ ਪਹੁੰਚਾਇਆ ਅੱਛਾ ਜਿਹੜੇ ਸਟਾਰ ਇਹ ਆ ਇਹਦਾ ਨਿظام ਕਿਦੋਂ ਆਇਆ ਅਲਾਮਨ ਨਗਰੀ ਦਾ ਜਿਹੜਾ ਨਨਾਮ ਹੈ ਕਿਦੋਂ ਆਇਆ ਇਹ ਆਇਆ ਜੀ 19ਵੀਂ ਸਦੀ ਚੋਂ 19ਵੀਂ ਸਦੀ ਤੋਂ ਫਰਾਂਸ ਦੇ ਅੰਦਰੋਂ ਇਹ ਨਿظام ਆਇਆ ਕਿ ਸਟਾਰ ਦੇ ਜ਼ਰੀਏ ਆਪਣੀ ਗੱਲ ਪਹੁੰਚਾ ਦਿੱਤੀ ਜਾਵੇ ਤੇ ਵੱਡੀ ਤੋਂ ਵੱਡੀ ਗੱਲ ਵੀ ਕਰ ਦਿੱਤੀ ਜਾਵੇ ਅਗਲਾ ਜਿਹੜਾ ਹੈਗਾ ਜੀ ਚਾਰ ਚੁਪ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਅੰਦਰ ਚਾਰ ਚੋਕ ਚੀਜ਼ਾਂ ਹੈ ਕਿਹੜੀਆਂ ਕਿਹੜੀਆਂ ਇੱਕ ਜੰਗਲ ਆ ਜੀ ਇੱਕ ਪਹਾੜ ਇੱਕ ਸਮੁੰਦਰ ਤੇ ਇੱਕ ਜਿਹੜਾ ਹੈਗਾ ਜੀ ਦਸ਼ਤ ਆ ਦਸ਼ਤ ਆ ਚਾਰ ਚੋਕ ਚੀਜ਼ਾਂ ਆ ਇਹਨਾਂ ਦੀ ਹੈਗੇ ਜਿਹੜੇ ਇੰਪੋਰਟੈਂਟ MCQ ਆ ਇਹਨਾਂ ਚੋਂ ਆ ਵੀ ਤੁਸੀਂ ਯਾਦ ਰੱਖਣਾ ਆ ਲਾਮਤੀ ਸ਼ਾਇਰ ਤੇ ਉਹ ਤਬਾ ਇਹਨਾਂ ਨੇ ਮجموعੇ ਦੇ ਅੰਦਰ ਚਾਰ ਚੀਜ਼ਾਂ ਸ਼ਾਮਲ ਹੈਗੀ ਆ ਉਹ ਚਾਰ ਮجموعੇ ਸ਼ਾਮਲ ਆ ਉਹਨਾਂ ਬਾਰੇ ਇਹਨਾਂ ਦੀ ਡਿਟੇਲ ਜਾਣਾਂਗੇ ਲੋ ਜੀ ਇੱਥੇ ਜਿਹੜਾ ਇੰਪੋਰਟੈਂਟ ਸਵਾਲ ਆਉਂਦਾ ਨਾ ਉਹ ਆ ਕੇ ਮਨੀਰ ਨਿਆਜ਼ੀ ਦਾ ਜਿਹੜਾ ਆਲਮਤੀ ਨਿਜ਼ਾਮ ਆ ਉਹਨੂੰ ਤੁਸੀਂ ਡਿਸਕਸ ਕਰੋ ਆਲਮਤੀ ਨਿਜ਼ਾਮ ਨੂੰ ਡਿਸਕਸ ਕਰੋ ਆਲਮਤੀ ਨਿਜ਼ਾਮ ਨੂੰ ਡਿਸਕਸ ਕਰਨ ਲਈ ਤੁਹਾਡੇ ਸਾਹਮਣੇ ਮੈਂ ਦੋ ਮਿਸਾਲਾਂ ਲਿਖ ਲੈਂਦਾ ਵਾਂ ਪਹਿਲੀ ਜਿਹੜੀ ਮਿਸਾਲ ਹੈਗੀ ਆ ਇਹਨਾਂ ਨੇ ਕਿੱਦਾਂ ਆਲਮਤੀ ਜਾਂ ਇਸਤਾਰੇ ਨੂੰ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਦੁਨੀਆ ਤੱਕ ਆਪਣੀ ਜਿਹੜਾ ਪੈਗਾਮ ਆ ਉਹਨੂੰ ਪਹੁੰਚਾਇਆ ਇਹ ਨਾਲੇ ਲਿਖਿਆ ਜੀ ਮੈਂ ਇੱਕ ਹੋਵੇ ਤੇ ਉੱਥੇ ਸੱਪ ਮੈਂ ਇੱਕ ਹੋਵੇ ਤੇ ਉੱਥੇ ਸੱਪ ਮੈਂ ਇੱਕ ਹੋਵੇ ਤੇ ਉਹ ਟੇਕੀਆ ਸੱਪ ਆ ਜਾਂਦਾ ਵਾ ਜਿੱਥੇ ਮੈਂ ਕੋ ਜਾਂਦੀ ਆ ਉੱਥੇ ਸੱਪ ਆ ਜਾਂਦਾ ਇਹ ਤੁਹਾਨੂੰ ਕਿੱਦਾਂ ਸਮਝ ਆਏਗੀ ਇਹਨੂੰ ਮੁਕੰਮਲ ਹੋਣ ਤੋਂ ਸੋਰ ਹੋਵੇ ਤੇ ਉੱਥੇ ਸੱਪ ਸੋਰ ਹੋਵੇ ਤੇ ਉਥੇ ਸੱਪ ਬਹੁਤ ਵਾਰ ਤਰਤੀ ਹੇਟ ਹਨੇਰੇ ਅੰਦਰ ਤਰਤੀ ਹੇਟ ਹਨੇਰੇ ਅੰਦਰ ਤਰਤੀ ਹੇਟ ਹਨੇਰੇ ਅੰਦਰ ਜ਼ਰ ਹੋਵੇ ਤੇ ਉਥੇ ਸੱਪ ਜ਼ਰ ਹੋਵੇ ਤੇ ਉਥੇ ਸੱਪ ਲੋੜੀ ਇਹਦੇ ਅੰਦਰ ਜਿਹੜੀ ਗੱਲ ਕਰਦੇ ਕਿ ਮਹਿਕ ਉਹਦੇ ਤੇ ਉੱਥੇ ਸੱਪ ਯਾਨੀ ਜਿੱਥੇ ਕਿਤੇ ਖੂਬਸੂਰਤੀ ਹੈਗੀ ਆ ਜਿੱਥੇ ਕਿਤੇ ਲੇਡੀਜ਼ ਹੈਗੀ ਆ ਵਾ ਉੱਥੇ ਕੀ ਆ ਜਾਂਦੇ ਸੱਪ ਆ ਜਾਂਦੇ ਉਹਦੇ ਮੁਖਾਲਫੀ ਨੇ ਇਕੱਠੇ ਹੋ ਜਾਂਦੇ ਆ ਉਹਨੂੰ ਨੋਚਣ ਲਈ ਚੱਲ ਹੀ ਆ ਜਾਂਦੇ ਆ ਇਹ ਆਪਣੀ ਜਿਹੜਾ ਹੈਗਾ ਮਾਸ਼ਰਤੀ ਨਿਜ਼ਾਮ ਹੈਗਾ ਉਹਨਾਂ ਦੀ ਇਹਨਾਂ ਨੇ ਕਾਸੀ ਕੀਤੀ ਆ ਕਿ ਜਿੱਥੇ ਮਹਿਕ ਹੈਗੀ ਆ ਉੱਥੇ ਹੀ ਸੱਪ ਮੌਜੂਦ ਹੁੰਦਾ ਵਾ ਉੱਤ ਬਾਅਦ ਜਿੱਥੇ ਸ਼ੋਰ ਹੋਵੇ ਤੇ ਉੱਥੇ ਸੱਪ ਯਾਨੀ ਜਿੱਥੇ ਕੋਈ ਕੀਮਤੀ ਚੀਜ਼ ਆ ਕੋਈ ਉਹ ਜਗਾ ਜਿੱਥੇ ਕੀਮਤੀ ਚੀਜ਼ ਆ ਜਾਂ ਜਿੱਥੇ ਕਿਸੇ ਨੂੰ ਕਾਰੋਬਾਰ ਮਿਲਿਆ ਆ ਉਹ ਉਥੇ ਕੀ ਆ ਕਿਸੇ ਨੂੰ ਸੋਰ ਲੱਗ ਜਾਂਦੀ ਆ ਤੇ ਉਹਦੇ ਪਿੱਛੇ ਆ ਜਾਂਦੇ ਆ ਉਹਦੇ ਕੋ ਖੋਣ ਲਈ ਤਿਆਰ ਹੋ ਜਾਂਦੇ ਆਪਣੀ ਮਾਸ਼ਰਤੀ ਨਿਲਾਮ ਅੱਛਾ ਹੁਣ ਉਹ ਗਾਲ ਯਾਨੀ ਐਸੀ ਚੀਜ਼ ਜਿਹੜੀ ਕਿਸੇ ਲੋਕਾਂ ਤੋਂ ਛਪਾ ਕੇ ਵੀ ਰੱਖੀ ਹੋਈ ਆ ਉੱਥੇ ਵੀ ਲੋਕਾਂ ਦੀ ਨਜ਼ਰ ਹੈਗੀ ਆ ਤੇ ਉਹਨੂੰ ਹਾਸਲ ਕਰਨ ਲਈ ਅਚੀਵ ਕਰਨ ਲਈ ਉਹਦੇ ਪਿੱਛੇ ਲੱਗ ਪੈਂਦੇ ਆ ਕਿ ਅਸੀਂ ਉਹਨੂੰ ਹਾਸਲ ਕਰ ਲਈਏ ਜ਼ਰ ਹੋਵੇ ਤੇ ਉੱਥੇ ਸੱਪ ਜਿੱਥੇ ਪੈਸਾ ਉੱਥੇ ਵੀ ਸੱਪ ਸੱਪ ਤੋਂ ਮਰਾਦ ਹੈਗੇ ਆ ਉਹ ਮਾਸਰੇ ਦੇ ਉਹ ਜਿਹੜੇ ਬਦਮਾਸ਼ ਆ ਉਹ ਬਦਮਾਸ਼ ਆ ਜਿਹੜੇ ਕਿ ਹਰ ਪਾਸੋਂ ਗਰੀਬ ਤੇ ਮਸਕੀਨ ਲੋਕਾਂ ਨੂੰ ਤੰਗ ਕਰਦੇ ਆ ਮੁxtਲਿਫ ਕਿਸਮ ਦੀ ਤਨਕੀਦ ਕਰਦੇ ਆ ਜਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਆ ਇਹ ਸਾਰੇ ਉਹ ਸੱਪ ਨੂੰ ਤੁਸ਼ਬੀ ਦਿੱਤੀ ਹੋਈ ਆ ਯਾਨੀ ਇਹਨਾਂ ਨੇ ਆਪਣੀ ਇੱਕ ਲਾਂਮਾ ਜਿਹਾ ਸਾਪੁੱਦਿਨ ਇਸਤੇਮਾਲ ਕਰਦੇ ਹੋਏ ਆਪਣਾ ਪੇਗਾਮ ਪਹੁੰਚਾਇਆ ਵਾ ਕਸ ਕਰਾਂਗੇ ਕਿ ਇਹਨਾਂ ਨੂੰ ਇਲਾਮਤੀ ਨਿਜ਼ਾਮ ਜਾਂ ਅਮਾਇਤ ਦਾ ਸ਼ਾਇਰ ਕਿਉਂ ਆਖਿਆ ਜਾਂਦਾ ਹੈ ਇਹਦੀ ਦੂਸਰੀ ਮਿਸਾਲ ਆਪਾਂ ਡਿਸਕਸ ਕਰਾਂਗੇ ਇਹ ਲਿਖਦੇ ਨੇ ਦੀਵੇ ਬਲਨ ਮਜ਼ਾਰਾ ਉੱਤੇ ਦੀਵੇ ਬਲਨ ਮਜ਼ਾਰਾ ਉੱਪਰ ਯਾਨੀ ਇਹ ਆਪਣੇ ਜਿਹੜੇ ਮਾਸ਼ਰੇ ਦੇ ਅੰਦਰ ਮਜ਼ਾਰਾ ਦੇ ਉੱਤੇ ਦੀਵੇ ਬਲਦੇ ਹੁੰਦੇ ਆ ਉਹਨੂੰ ਰਿਪਰੈਜ਼ੈਂਟ ਕਰ ਰਿਹਾ ਅੱਗੇ ਕੀ ਨਿਕਲੇਗਾ ਦੇਖੋ ਜੰਗਲਾ ਵਿੱਚ ਮਸ਼ਾਲਾ ਜੰਗਲਾ ਵਿੱਚ ਮਸ਼ਾਲਾ ਜੰਗਲਾ ਵਿੱਚ ਮਸ਼ਾਲਾ ਜੰਗਲਾ ਦੇ ਅੰਦਰ ਕੀ ਹੈ ਜਿਹੜੀ ਹੈਗੀ ਮਸ਼ਾਲਾ ਬਲ ਰਹੀ ਹੈ ਯਾਨੀ ਅੱਗ ਲੱਗ ਅੱਗ ਲਾ ਕੇ ਰੱਖੀ ਹੁੰਦੀ ਹੈ ਤਾਂ ਕਿ ਲੋਕ ਨੰਗ ਸਕਣ ਆਪਣਾ ਰਾਤ ਉੱਥੇ گزار ਸਕਣ ਤੇ ਦੀਵੇ ਜਿਹੜੇ ਮਜ਼ਾਰਾ ਤੇ ਬਲਦੇ ਆ ਦਿਨ ਬਰਬਾਦ ਸਵਾਲਾਂ ਅੰਦਰ ਮਸਲ ਕਾਮਾ ਲਾ ਲਗੇ ਦਿਨ ਬਰਬਾਦ ਸਵਾਲਾਂ ਅੰਦਰ ਯਾਨੀ ਇੱਥੇ ਹੁਣ ਲੋਕਾਂ ਦੀ ਇਕਾਸੀ ਕੀਤੀ ਗਈ ਹੈ ਕਿ ਉਹ ਜਿਹੜਾ ਆਪਣਾ ਸਾਰਾ ਦਿਨ ਉਹ ਫਜ਼ੂਲ ਤੇ ਬੇਵਕੂਫ ਕਿਸਮ ਦੇ ਸਵਾਲ ਕਰਦੇ ਕਰਦੇ ਆਪਣਾ ਸਾਰਾ ਦਿਨ ਬਰਬਾਦ ਕਰ ਲੈਂਦੇ ਆ ਰਾਤਾਂ ਵਿੱਚ ਜ਼ਵਾਲਾ ਜਿਹੜੀ ਰਾਤ ਹੈਗੀ ਉਹ ਕਿੱਦਾਂ گزارਦੇ ਆ ਉਹ ਸਾਰੀ ਜ਼ਵਾਲ ਦੇ ਅੰਦਰ گزارਦੇ ਆ ਯਾਨੀ ਉਹ ਰਾਤ ਨੂੰ ਵੀ ਕੋਈ ਕੰਮ ਨਹੀਂ ਲੈਂਦੇ ਨਾ ਦਿਨ ਤੋਂ ਕੋਈ ਵੀ ਕੰਮ ਲੈਂਦੇ ਆ ਬਸ ਕੀ ਆ ਮਜ਼ਾਰਾ ਤੇ ਬੈਠੇ ਆ ਦੀਵੇ ਬਾਲ ਕੇ ਜਾਂ ਜੰਗਲਾਤ ਵਿੱਚ ਮਸ਼ਾਲਾ ਬਾਲ ਕੇ ਬੈਠੇ ਆ ਜਿਨੇ ਬੇਵਕੂਫ ਬੇਵਕੂਫ ਅਫਰਗੇ ਸਵਾਲ ਪੁੱਛਦੇ ਰਹਿੰਦੇ ਆ ਰਾਤ ਵੀ ਸੁੱਤੇ ਮਾਰੇ ਪੇ ਰਹਿੰਦੇ ਆ ਸ਼ਹਿਰ ਦੇ ਚੌਕ ਖਬੀਸਾ ਮੱਲੇ ਸ਼ਹਿਰ ਦੇ ਚੌਂਕ ਕਿਹਨਾਂ ਨੇ ਮੱਲਲੇ ਆ ਜੀ ਖਬੀਸਾ ਨੇ ਮੱਲਲੇ ਹੋਇਆ ਸ਼ਹਿਰ ਦੇ ਚੌਂਕ ਖਬੀਸਾ ਮੱਲਲੇ ਤૈયਬ ਵਿਜਮਲਾਲਾ ਤૈયਮ ਕਹਿੰਦੇ ਆ ਜੀ ਜਿਹੜੇ ਸ਼ਰੀਫ ਲੋਕ ਹੁੰਦੇ ਆ ਉਹ ਤૈયਬ ਵਿਜਮਲਾਲਾ ਯਾਨੀ ਜਿਹੜੇ ਸ਼ਰੀਫ ਲੋਕ ਹੈਗੇ ਆ ਉਹ ਕੀ ਆ ਉਹ ਤਕਲੀਫਾਂ ਤੇ ਪਰੇਸ਼ਾਨੀਆਂ ਦੇ ਅੰਦਰ ਜਿਹੜੇ ਜੱਕੜੇ ਹੋਏ ਆ ਯਾਨੀ ਹੁਣ ਦੁਬਾਰਾ ਦੇਖੋ ਤੁਸੀਂ ਜਿਹੜੇ ਦੀਵੇ ਆ ਉਹ ਕਿੱਥੇ ਬਲੰਦੇ ਆ ਜੀ ਮਜ਼ਾਰਾ ਦੇ ਉੱਤੇ ਯਾਨੀ ਮਜ਼ਾਰਾ ਦੇ ਉੱਤੇ ਲੋਕ ਬਹਿ ਗਿਆ ਦੀਵੇ ਬਾਲ ਕੇ ਬੈਠੇ ਹੋਏ ਆ ਸਕੂਨ ਦੇ ਨਾਲ ਤੇ ਜੰਗਲਾ ਦੇ ਅੰਦਰ ਹੀ ਆ ਬਹਿ ਗਿਆ ਉੱਥੇ ਮਸ਼ਾਲਾ ਬਾਲ ਕੇ ਬੈਠੇ ਹੋਏ ਆ ਸਕੂਨ ਨਾਲ ਆਪਣੀ ਜ਼ਿੰਦਗੀ گزارਦੇ ਆ ਆਪਣੇ ਮਾਸਰੇ ਦੇ ਇੱਕ ਤਬਕੇ ਦੀ ਇਹਨਾਂ ਨੇ ਅਕਾਸੀ ਕੀਤੀ ਹੋਈ ਆ ਸਾਰਾ ਦਿਨ ਬੇਵਕੂਫ ਕਿਸਮ ਦੇ ਸਵਾਲ ਕਰਦੇ ਰਹਿੰਦੇ ਆ ਰਾਤ ਚੁੱਪ ਕਰਕੇ ਸੁੱਤੇ ਰਹਿੰਦੇ ਆ ਮਰੇ ਪੇ ਰਹਿੰਦੇ ਆ ਤੇ ਉਸ ਤੋਂ ਬਾਅਦ ਹੁਣ ਅਗਲਾ ਜਿਹੜਾ ਮਾਸਰੇ ਦੀ ਇੱਕ ਹੋਰ ਅਕਾਸੀ ਕੀਤੀ ਆ ਸ਼ਹਿਰ ਦੇ ਚੋਕ ਯਾਨੀ ਆਪਾਂ ਆਪਾਂ ਜਿਹੜੀ ਆਪਣੀ ਨਮਾਇੰਦ ਉਹ ਕਿਹਨਾਂ ਨੂੰ ਦਿੱਤੀ ਆ ਖਬੀਸਾਂ ਨੂੰ ਦਿੱਤੀ ਹੋਈ ਆ ਸ਼ਹਿਰਾ ਦੇ ਚੋ ਖਬੀਸਾ ਮੱਲੇ ਤੇ ਤૈયਬ ਯਾਨੀ ਜਿਹੜੇ ਨੇਕ ਲੋਗ ਆ ਸ਼ਰੀਫ ਲੋਗ ਆ ਮਲਾਲਾ ਮਲਾਲਾ ਮੀ ਤਕਲੀਫ ਦੇ ਅੰਦਰ ਆ ਯਾਨੀ ਆਪਣੇ ਜਿਹੜੇ ਤਕਲੀਫ ਜਿਹੜੇ ਹੈਗੇ ਸ਼ਰੀਫ ਲੋਗ ਆ ਉਹ ਤਕਲੀਫ ਦੇ ਅੰਦਰ ਆ ਨਾ ਉਹਨੂੰ ਸਾਰਾ ਸਾਰੇ ਤਬਕਿਆਂ ਨੂੰ ਦਬਾਨ ਤੇ ਲੱਗੇ ਹੋਇਆ ਜਿਹੜੇ ਕਿ ਜਿਹੜੇ ਖਬੀਸ ਲੋਗ ਆ ਆਪਾਂ ਉਹਨਾਂ ਨੂੰ ਆਪਣੀ ਨਿਮਾਇੰਦਗੀ ਦੇ ਕੇ ਤੇ ਆਪਣਾ ਸੇਟ ਸਾਹਿਬ ਬਣਾ ਲਿਆ ਆਇਆ ਵਾ ਯਾਨੀ ਮਾਛਰੇ ਦੇ ਮੁਖਤਲਫ ਤਬਕਾ ਦੀ ਇਹਨਾਂ ਦੇ ਅੰਦਰ ਨਮਾਇਨਗੀ ਕੀਤੀ ਆ ਤੇ ਅਲਾਮਤੀ ਨਿਜ਼ਾਮ ਇਸਤੇਮਾਲ ਕੀਤਾ ਵਾ ਤਇਬ ਖਬੀਸਾ ਸੁਆਲਾ ਮਸ਼ਾਲਾ ਮਜ਼ਾਰਾ ਇੱਥੇ ਸਾਪ ਵਗੈਰਾ ਅਲਾਮਤੀ ਨਿਜ਼ਾਮ ਹੈ ਇਸ ਲਈ ਇਹਨਾਂ ਨੂੰ ਅਲਾਮਤੀ ਨਿਜ਼ਾਮ ਦਾ ਸ਼ਾਇਰ ਕਹਿੰਦੇ ਆ ਜਾਂ ਉਮਾਇਤ ਦਾ ਸ਼ਾਇਰ ਵੀ ਆਖੇ ਜਾਂਦਾ ਕਿਉਂਕਿ ਇਹ ਤਸ਼ਬੀਹ ਤੇ ਇਸਤਾਰਿਆ ਦੇ ਰਾਹੀਂ ਆਪਣੇ ਪੇਗਾਮ ਨੂੰ ਦੁਨੀਆ ਤੱਕ ਪਹੁੰਚਾਉਂਦੇ ਆ ਇਹ ਸਵਾਲ ਬੜਾ ਇੰਪੋਰਟੈਂਟ ਆ ਤੇ ਇਹਦੇ ਅੰਦਰ ਤੁਸੀਂ ਆ ਡਿਸਕਸ ਕਰਨਾ ਵਾ ਤੇ ਨਾਲ ਹੀ ਇਹਦੀ ਜਿਹੜੀ ਹੈਗੀ ਤਸ਼ਰੀਹ ਵੀ ਇਹਦੀ ਲਿਖ ਦੇਣਾ ਵਾ ਬਾਕੀ ਜਿਹੜੇ ਪੁਆਇੰਟ ਹੈਗੇ ਉਹ ਵੀ ਆਪਾਂ ਹੋਰ ਡਿਸਕਸ ਕਰਦੇ ਆ ਜੇ ਅਗਲਾ ਪੁਆਇੰਟ ਡਿਸਕਸ ਕਰਾਂਗੇ ਕਿ ਕਿੱਦਾਂ ਇਹਨੇ ਸਿੰਬਲਿਜ਼ਮ ਦਾ ਨਿਜ਼ਾਮ ਇਸਤੇਮਾਲ ਕਰਦੇ ਹੋਏ ਇਨਸਾਨ ਨੂੰ ਵੀ ਸਮਝਾਉਣ ਦੀ ਤਲਕੀਨ ਕੀਤੀ ਆ ਇਹਨਾਂ ਨੇ ਲਿਖਿਆ ਜੀ ਜਿਹੜਾ ਹੈਗਾ ਵਾ ਹਵਰਸ ਪ੍ਰਸਤ ਇਨਸਾਨ ਹਵਰਸ ਪ੍ਰਸਤ ਇਨਸਾਨ ਇਹ ਇਦ ਕਹਿੰਦੇ ਯਕੀਨ ਇਨਸਾਨ ਤੇ ਅਸ਼ਰਫੁਲ ਮਖਲੂਕਾਤ ਆ ਲੇਕਿਨ ਜਿਹੜੇ ਆਪਾਂ ਨੇ ਸ਼ਾਦੀ ਵਿਆਹ ਤੇ ਇਨਸਾਨ ਕੀ ਹੋ ਜਾਂਦੇ ਆ ਹਵਸ ਪ੍ਰਸਤ ਹੋ ਜਾਂਦੀ ਆ ਤੇ ਮੁਖਤਲਿਫ ਕਿਸਮ ਦੇ ਬੇਟੰਗੇ ਕੰਮ ਕਰਨ ਸ਼ੁਰੂ ਕਰ ਦਿੰਦੇ ਆ ਉਹਦੇ ਚੋਂ ਇਹਨਾਂ ਨੇ ਸਿਰਫ ਇੱਕ ਮੰਦਰ ਦੀ ਾਕਾਸੀ ਕੀਤੀ ਆ ਇਹ ਲਿਖਦੇ ਜੀ ਆਦਮੀ ਨਹੀਂ ਆਦਿਨੀ ਇਹ ਨਹੀਂ ਯਾਨੀ ਆਦਮ ਅਲੈਹਿਸਲਮ ਦੀ ਔਲਾਦ ਨਹੀਂ ਸੀ ਕੋਈ ਜਾਨਵਰੀ ਸੀ ਯਾਨੀ ਇਨਸਾਨ ਨੂੰ تنਕੀਦ ਕਰਨ ਦੇ ਆ ਆਦਮੀ ਨਹੀਂ ਕੋਈ ਜਾਨਵਰ ਸਨ ਰੋਟੀਆਂ ਖਾਈ ਜਾਂਦੇ ਨੇ ਕੀ ਉਹ ਬੈਠੇ ਕੀ ਕਰੀ ਜਾਂਦੇ ਆ ਨਾਲੇ ਰੋਟੀਆਂ ਖਾਈ ਜਾਂਦੇ ਨੇ ਕਿ ਜਿੱਦਾਂ ਜਾਨਵਰ ਹਵਾ ਨਾ ਇਧਰ ਉਧਰ ਦੇਖ ਰਿਹਾ ਸਿਰਫ ਆਪਣੇ ਢਿੱਡ ਪਰਾਂ ਨੂੰ ਲੱਗੇ ਹੋਏ ਆ ਰੋਟੀਆਂ ਖਾਈ ਜਾਂਦੇ ਸਨ ਰੋਲਾ ਪਾਈ ਜਾਂਦੇ ਸਨ ਰੋਲਾ ਪਾਈ ਜਾਨਿਸਾਂ ਜਿਹਦਾ ਜਾਨਵਰ ਜਿਹੜੇ ਆ ਰੋਲਾ ਪਾ ਪਾ ਕੇ ਜਾਂ ਚਿਗਾਰਜਿੰਗਾ ਆੜ ਕੇ ਖਾਣਾ ਖਾਂਦੇ ਆ ਉਹਦਾ ਹੀ ਕੀ ਆਦਮੀ ਬਲਕੇ ਇਹਦੇ ਬਰ ਅਕਸ ਜਿਹੜਾ ਚੁੱਪ ਕਰਕੇ ਆਰਾਮ ਦੇ ਨਾਲ ਬੈ ਕੇ ਤਹਜ਼ੀਬ ਦੇ ਨਾਲ ਹੀ ਖਲਾਕ ਦੇ ਨਾਲ ਖਾਣਾ ਖਾਂਦਾ ਵਾ ਇਹੀ ਹਨ ਨਿਆ ਕਾਸੀ ਕੀਤੀ ਆ ਕਿ ਸ਼ਾਦੀ ਵਿਆਹ ਦੇ ਅੰਦਰ ਸ਼ਾਦੀ ਵਿਆਹ ਦੇ ਅੰਦਰ ਕਿੱਦਾਂ ਕਿੰਤਾ ਲੋਕ ਇੱਕ ਦੂਸਰੇ ਦੇ ਲੋਕ ਕੋ ਖੋਖੋ ਕੇ ਖਾਨ ਦੀ ਕੋਸ਼ਿਸ਼ ਕਰਦੇ ਆ ਹਾਲਾਂਕਿ ਉਹ ਇੱਕ ਦੂਸਰੇ ਦੇ ਰਿਸ਼ਤੇਦਾਰ ਦੋ ਸਹਿਬਾਬ ਹੁੰਦੇ ਆ ਲੇਕਿਨ ਉਹ ਇਹ ਪਰਵਾਹ ਨਹੀਂ ਕਰਦੇ ਮੇਰਾ ਕੀ ਲੱਗਦਾ ਬਲਕਿ ਹਰੇਕ ਦੀ ਇਹ ਪਰਵਾਹ ਹੁੰਦੀ ਆ ਕਿ ਮੈਂ ਕਿਹੜੀ ਚੀਜ਼ ਜ਼ਿਆਦਾ ਤੋਂ ਜ਼ਿਆਦਾ ਪਾਲਵਾ ਤੇ ਦਾਰਾ ਸੁਧਾਲਾ ਖਾਲਵਾ ਸਿਰਫ ਉਸ ਇੱਕ ਮੰਜ਼ਰ ਦੀ ਜਿਹੜੀ ਮੰਦਰਕਸ਼ੀ ਕੀਤੀ ਆ ਕਿ ਆਦਮੀ ਨਹੀਂ ਹੋਣਾ ਦਾ ਬੰਦਾ ਕੋਈ ਜਾਨਵਰ ਬਾਨ ਦਾ ਰੋਟੀਆਂ ਦੇ ਪਿੱਛੇ ਤੇ ਨਾਲ ਰੋਲਾ ਪਾਉਂਦਾ ਰਹਿੰਦਾ ਖਾਪਾਂਦਾ ਰਹਿੰਦਾ ਕਿ ਆ ਮੇਰੇ ਹੱਥ ਆਇਆ ਮੇਰੇ ਹੱਥ ਨਹੀਂ ਆਇਆ ਉਹਨਾਂ ਆਪਾਂ ਡਿਸਕਸ ਕਰਾਂਗੇ ਕਿ ਇਹਨਾਂ ਨੇ ਇਹਨਾਂ ਨੇ ਕਵਿਸ਼ੀ ਸ਼ਾਇਰੀ ਵਿੱਚ ਅਭਾਮ ਵੀ ਰੱਖੀ ਹੋਈ ਆ ਜਿਹਦੀ ਵੈਰਾ ਤੋਂ ਤੁਸੀਂ ਕਨਫਿਊਜ਼ ਵੀ ਹੋ ਜਾਂਦੇ ਕੀ ਕਹਿਣਾ ਚਾਹੁੰਦੇ ਆ ਯਾਨੀ ਕੋਈ ਵੀ ਉਹਦਾ ਸਹੀ ਮਤਲਬ ਨਹੀਂ ਸਮਝ ਪਾਉਂਦਾ ਕਿਉਂਕਿ ਇਹਨਾਂ ਨੇ ਲਾਮਤੀ ਨਾਮ ਦੇ ਦਰਿਏ ਗੱਲ ਕੀਤੀ ਹੋਈ ਆ ਸ਼ਾਇਰੀ ਵਿੱਚ ਅਭਾਮ ਸ਼ਾਇਰੀ ਦੇ ਵਿੱਚ ਅਭਾਮ ਦੀ ਮਿਸਾਲ ਦੇਖੋ ਤੁਸੀਂ ਆਪ ਖੁਦ ਸਮਝ ਜਾਓਗੇ ਇਟਾ ਲਿਖਦੇ ਨਹੀਂ ਉਟਾ ਜਿਹੜਾ ਵਾ ਇਟਾਂ ਦਾ ਇੱਕ ਉੱਚਾ ਇਟਾਂ ਦਾ ਇੱਕ ਉੱਚਾ ਟੀਬਾ ਜਿਹੜਾ ਇੱਕ ਟੀਬਾ ਬਣਿਆ ਵਾ ਉਹ ਇਟਾ ਦਾ ਬਣਿਆ ਆਵਾ ਲੇਕਿਨ ਹੈ ਇੱਕ ਉੱਚਾ ਇੱਟਾਂ ਦਾ ਇੱਕ ਉੱਚਾ ਟਿੱਬਾ ਬੰਦ ਮਕਾਨਾ ਵਰਗਾ ਯਾਨੀ ਇਹ ਜਿੱਦਾਂ ਭੇਲੀ ਤੁਹਾਨੂੰ ਬਣਾਉਂਦੇ ਆ ਤਿੰਨ ਭੇਲੀਆਂ ਤੁਹਾਨੂੰ ਪਾ ਰਿਹਾ ਕਿ ਬੰਦ ਮਕਾਨਾ ਵਰਗਾ ਤੁਸੀਂ ਇਹਨੂੰ ਲੱਭੋ ਇਹ ਕੀ ਚੀਜ਼ ਆ ਬੰਦ ਮਕਾਨਾ ਵਰਗਾ ਇੱਟਾਂ ਦਾ ਇੱਕ ਉੱਚਾ ਟਿੱਬਾ ਬੰਦ ਮਕਾਨਾ ਵਰਗਾ ਕਿਤੇ ਕਿਤੇ ਕੋਈ ਦੀਵਾ ਬੰਦਾ ਕਿਤੇ ਕਿਤੇ ਯਾਨੀ ਕਿਤੇ ਕਿਤੇ ਕੋਈ ਦੀਵਾ ਬਲਦਾ ਹੈਗਾ ਕੋਈ ਦੀਵਾ ਬਲਦਾ ਦੀਵਾ ਬਾਲਦਾ ਉਹਦੇ ਚ ਤੁਹਾਨੂੰ ਖੁਦ ਵੀ ਜਵਾਬ ਦੇ ਰਿਹਾ ਕਿ گورਸਤਾਨਾ ਵਰਗਾ گورਸਤਾਨਾ ਵਰਗਾ ਕਿਤੇ ਕਿਤੇ ਕੋਈ ਦੀਵਾ ਬਾਲਦਾ ਕਿਤੇ ਕਿਤੇ ਕੋਈ ਹਰੇਕਾ ਉਹਦੇ ਦੇ ਅੰਦਰ ਖਮੋਸ਼ੀ ਜਿਹੜੀ ਹੈਗੀ ਨਹੀਂ ਹੈਗੀ ਜਿੱਦਾਂ ਗੋਰੇਸਥਾਨ ਦੇ ਅੰਦਰ ਆ ਮੁਕੰਮਲ ਖਮੋਸ਼ੀ ਹੁੰਦੀ ਆ ਬੰਦ ਮਕਾਨ ਹੁੰਦੇ ਆ ਟਿੱਬੇ ਜਿਵੇਂ ਬਨੇ ਹੁੰਦੇ ਛੋਟੇ ਛੋਟੇ ਤੇ ਕਿਤੇ ਕਿਤੇ ਕੋਈ ਰੋਸ਼ਨੀ ਮੌਜੂਦ ਹੁੰਦੀ ਆ ਯਾਨੀ ਕਬਰਸਥਾਨ ਦੀ ਮੰਜ਼ਰ ਕਾਸੀ ਕਰ ਰਿਹਾ ਕਿ ਕਬਰਸਥਾਨ ਦੇ ਅੰਦਰ ਇਹ ਸਭ ਕੁਝ ਹੁੰਦਾ ਵਾ ਉਹਨਾਂ ਦੇ ਹਾਲਾਤ ਦੀ ਕਾਸੀ ਕਰਨ ਦੇ ਆ ਕਬਰ ਵਾਲਿਆਂ ਦੇ ਕਬਰਸਥਾਨ ਦੀ ਯਾਨੀ ਇਹਨਾਂ ਜੀ ਤੁਸੀਂ ਆਪ ਹਾਂ ਤੁਸੀਂ ਦੇਖ ਲਓ ਕਿ ਕਿੱਦਾਂ ਤੁਹਾਨੂੰ ਇਹ ਕਨਫਿਊਜ਼ ਕਰਦੇ ਹੋ ਇੱਕ ਪੇਲੀ ਜੀ ਬਣਾ ਕੇ ਤੁਹਾਨੂੰ ਆਪਣਾ ਪੇਗਾਮ ਪਹੁੰਚਾ ਰਿਹਾ ਇਹ ਨਾ ਦੀ ਸ਼ਹਿਰੀ ਦੀ ਇੱਕ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਉਹ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਕਿ ਇਹਨਾਂ ਨੇ ਸ਼ਹਿਰੀ ਸੱਭਿਆਚਾਰ ਦੇ ਬਾਰੇ ਵਿੱਚ ਕੁਝ ਕਿਹਾ ਹੋਇਆ ਕਿ ਨਹੀਂ ਸ਼ਹਿਰੀ ਸੱਭਿਆਚਾਰ ਦੀ ਸ਼ਹਿਰੀ ਤਰੱਕੀ ਜਿਹੜੀ ਹੈਗੀ ਆ ਉਹਦੇ ਬਾਰੇ ਵਿੱਚ ਕੁਝ ਆਖਿਆ ਵਾ ਕਿ ਨਹੀਂ ਸ਼ਹਿਰੀ ਸੱਭਿਆਚਾਰ ਦਾ ਬਿਆਨ ਸ਼ਹਿਰੀ ਸੱਭਿਆਚਾਰ ਦੇ ਮੁਤਲਕ ਕੀ ਆਖਦੇ ਨੇ ਇਹ ਆਖਦੇ ਨੇ ਕਿ ਆਪਣੇ ਘਰ ਤੋਂ ਆਪਣੇ ਘਰ ਤੋਂ ਯਾਨੀ ਜਿਹੜੇ ਆਪਣੇ ਮਕਾਨ ਹੁੰਦੇ ਸ਼ਹਿਰਾਂ ਦੇ ਅੰਦਰ ਤੁਸੀਂ ਵੀ ਦੇਖਿਆ ਹੋਊਗਾ ਉਹ ਕੀ ਹੁੰਦੇ ਆ ਉਹ ਇੱਕ ਦੂਸਰੇ ਦੇ ਨਾਲ ਕਿੱਦਾਂ ਜੁੜੇ ਹੁੰਦੇ ਛੱਤਾਂ ਦੇ ਨਾਲ ਛੱਤਾਂ ਅਟੈਚ ਹੁੰਦੀ ਆ ਵਾ ਇਹ ਲਿਖਦੇ ਨੇ ਆਪਣੇ ਢਾਰ ਤੋਂ ਆਪਣੇ ਢਾਰ ਤੋਂ ਯਾਨੀ ਇਹਨਾਂ ਨੇ ਆਜ਼ਾਦ ਨਜ਼ਮ ਵੀ ਲਿਖੀ ਆ ਪਾਵਨ ਨਜ਼ਮ ਵੀ ਲਿਖੀ ਹੋਈ ਆ ਜੁੜੇ ਹੋਏ ਨੇ ਜੁੜੇ ਹੋਏ ਨੇ ਆਪਣੇ ਆਪਣੇ ਢਾਰ ਤੋਂ ਜੁੜੇ ਹੋਏ ਨੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਨਾਲ ਯਾਨੀ ਇੱਕ ਆਪਣੀ ਨਾਲ ਤੋਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਇਹ ਸਿਰਫ ਤਸ਼ਬੀਹ ਦਸੀ ਹੋਈ ਹੈ ਇਸ ਤਾਰਾ ਸਵਾਲ ਕੀਤਾ ਕਿ ਸ਼ਹਿਰਾ ਦੀ ਜਿਹੜੀ ਸੱਭਿਆਚਾਰ ਹੈ ਇਦਾਂ ਦੀ ਹੈ ਲੋਕ ਇਨੇ ਨੇ ਤੰਗ ਕਰ ਹ ਜ ਰਹਿੰਦੇ ਆ ਇੱਕ ਇੱਕ ਘਰ ਦੇ ਅੰਦਰ 10 ਤੋਂ 15-15 ਲੋਕ ਰਹਿੰਦੇ ਆ ਸਰਦੀਆਂ ਚ ਵੀ ਅੰਦਰ ਸੌ ਲੈਂਦੇ ਗਰਮੀਆਂ ਚ ਵੀ ਅੰਦਰ ਸੌ ਲੈਂਦੇ ਇੰਤਾਈ ਤੰਗੀ ਦੀ ਜ਼ਿੰਦਗੀ ਗੁਜ਼ਾਰਦੇ ਆ ਲੇਕਿਨ ਉਹ ਕੀ ਆ ਸ਼ਹਿਰ ਵਾਲੇ ਦਾ ਨਾ ਪਸੰਦ ਕਰਦੇ ਆ ਸ਼ਹਿਰੀ ਸੱਭਿਆਚਾਰ ਤੇ ਇਹਨਾਂ ਨੇ ਤੰਗ ਕੀਤਾ ਆ ਇਹ ਸ਼ਹਿਰ ਦੇ ਅੰਦਰ ਲੋਕਾਂ ਦਾ ਆ ਹਾਲ ਹੁੰਦਾ ਵਾ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਆ ਮਨੀਰ ਨਿਆਜ਼ੀ ਸਾਹਿਬ ਇਹ ਬੰਦੇ ਨੂੰ ਹਿੰਮਤ ਵੀ ਦਿੰਦੇ ਆ ਹਿੰਮਤ ਹੌਸਲਾ ਵੀ ਦਿੰਦੇ ਆ ਹਿੰਮਤ ਉਹ ਹੌਸਲਾ ਦਿੰਦੇ ਆ ਇਹ ਕਿੱਦਾਂ ਦਿੰਦੇ ਆ ਬੰਦੇ ਨੂੰ ਹਿੰਮਤ ਤੇ ਹੌਸਲਾ ਹੁਣ ਆਪਾਂ ਉਹਨੂੰ ਡਿਸਕਸ ਕਰਦੇ ਆ ਇਹਨਾਂ ਲਈ ਲਿਖਿਆ ਹੈ ਜੀ ਥਾਂ ਲੈ ਕੇ ਮੁੜਿਆ ਮੈਂ ਥਾਂ ਯਾਨੀ ਆਪਣੀ ਜਗ੍ਹਾ ਲੈ ਕੇ ਮੁੜਿਆ ਮੈਂ ਥਾਂ ਲੈ ਕੇ ਹੀ ਮੁੜਿਆ ਮੈਂ ਮੈਂ ਜਿੱਥੇ ਗਿਆ ਵਾਂ ਮੈਂ ਕੀ ਕੀਤਾ ਵਾ ਥਾਂ ਲੈ ਕੇ ਮੁੜਿਆ ਮੈਂ ਜਿੱਦੜ ਦਾ ਰੋਖ ਕੀਤਾ ਮੈਂ ਥਾਂ ਲੈ ਕੇ ਮੁੜਿਆ ਮੈਂ ਜਿੱਦੜ ਦਾ ਆ ਲੈ ਕੇ ਮੁੜਿਆ ਮੈਂ ਜਿੱਧਰ ਦਾ ਰੁਖ ਕੀਤਾ ਮੈਂ ਯਾਨੀ ਮਨੀਰ Niazi ਸਾਹਿਬ ਬੰਦੇ ਨੂੰ ਕਹਿ ਰਹੇ ਕਿ ਜਿੱਦਾਂ ਮੈਂ ਜਿੱਥੋਂ ਜਿਹੜੇ ਮਕਸਦ ਲਈ ਘਰੋਂ ਨਿਕਲਿਆ ਆਵਾ ਉਹ ਚੀਜ਼ ਲੈ ਕੇ ਮੈਂ ਘਰ ਵਾਪਸ ਮੁੜਿਆ ਆਵਾ ਥਾਂ ਲੈ ਕੇ ਮੁੜਿਆ ਮੈਂ ਜਿੱਧਰ ਦਾ ਰੁਖ ਕੀਤਾ ਮੈਂ ਜ਼ਹਿਰ ਸੀ ਜਾਂ ਅਮਰਤ ਸੀ ਜ਼ਹਿਰ ਸੀ ਜਾਂ ਅਮਰਤ ਸੀ ਜ਼ਹਿਰ ਸੀ ਜਾਂ ਕੋਈ ਮਿੱਠਾ ਮਿੱਠੀ ਚੀਜ਼ ਸੀ ਜਿਹੜੀ ਜੇਨੂੰ ਪੀ ਕੇ ਬੰਦਾ ਮਰਦਾ ਨਹੀਂ ਸਭ ਅੰਤ ਜਾ ਕੇ ਪੀਤਾ ਮੈਂ ਸਭ ਅੰਤ ਜਾ ਕੇ ਪੀਤਾ ਮੈਂ ਇਹ ਲਿਖਦੇ ਨੇ ਕਿ ਚਾਹੇ ਉਹ ਜ਼ਹਿਰ ਸੀ ਜਾਂ ਅਮਰਤ ਸੀ ਸਭ ਅੰਤ ਜਾ ਕੇ ਪੀਤਾ ਮੈਂ ਯਾਨੀ ਮੈਂ ਆਖਰ ਤੱਕ ਜਾਂਦਾ ਹਾਂ ਯਾਨੀ ਅਗਰ ਤੁਸੀਂ ਵੀ ਸੀਐਸਐਸ ਕਰ ਰਹੇ ਹੋ ਤੇ ਤੁਸੀਂ ਵੀ ਹੌਸਲਾ ਨਾ ਹਾਰੋ ਹਿੰਮਤ ਨਾ ਹਾਰੋ ਬਲਕਿ ਉਹਨੂੰ ਪੜੋ ਲਗਨ ਦੇ ਨਾਲ ਕੰਮ ਕਰੋ ਤੇ ਫੇਰੀ ਤੁਸੀਂ ਤਰੱਕੀ ਕਰ ਸਕਦੇ ਆ ਥਾਂ ਤੁਹਾਨੂੰ ਫੇਰੀ ਮਿਲ ਸਕਦੀ ਆ ਅਗਰ ਤੁਸੀਂ ਸੀਐਸਐਸ ਅਲਦਾ ਸੀਐਸਐਸ ਅਲਦਾ ਰੋਕ ਲਿਆਵਾ ਤਾਂ ਹੁਣ ਉਹ ਜ਼ਹਿਰ ਆ ਜਾਂ ਅਮਰਤ ਆ ਤੁਹਾਨੂੰ ਸ਼ੁਰੂ ਸ਼ੁਰੂ ਜੇ ਤੇ ਪਰੇਸ਼ਾਨ ਲੱਗੇਗਾ ਮੁਸ਼ਕਲ ਪੈਦਾ ਕਰੇਗਾ ਲੇਕਿਨ ਕੀਆ ਸਭ ਅੰਤ ਜਾ ਕੇ ਪੀਤਾਵੇਂ ਯਾਨੀ ਤੁਸੀਂ ਇਹਨੂੰ ਮੁਕੰਮਲ ਅਚੀਵ ਕਰਨ ਦੀ ਆਪਣਾ ਫੁੱਲ ਜ਼ੋਰ ਲਾ ਦਿਓ ਆਪਣਾ 100% ਦਿਓ ਫਿਰ ਦੇਖੋ ਅੱਲਾਹ تعالی ਤੁਹਾਨੂੰ ਕੀ ਦਿੰਦਾ ਵਾ ਤੁਹਾਨੂੰ ਇਹ ਸੀਐਸਐਸ ਦਾ ਲੈਕਚਰ ਕਿੰਦਾ ਲੱਗਾ ਸਾਨੂੰ ਲਾਜ਼ਮੀ ਆਪਣੀ ਰਾਤ ਉਹ ਅਗਾ ਕਰੋ ਜੇ ਤੁਸੀਂ ਹੋਰ ਲੈਕਚਰ ਦੇਖਣਾ ਚਾਹੁੰਦੇ ਆ ਤਾਂ ਸਕੂਲਰ ਅਕੈਡਮੀ ਨੂੰ ਵਿਜ਼ਿਟ ਕਰੋ ਸ਼ੁਕਰੀਆ अगर आप किसी भी मुकाबला जाति इम्तिहान सी एस एस पी एम एस पी पी एस के लिए परेशान हैं तो परेशानी छोड़ गए और स्कॉलर अकेडमी को सब्सक्राइब कीजिए और मुस्तकबिल को बेहतर बनाइए